ਮਾਰਨਿੰਗ, ਸਵਾਗਤ, ਅਭਿਨੰਦਨ, ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਸ਼ਨੂ ਗੁਪਤਾ ਆਪ ਸਭ ਦਾ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕਿ ਤੁਹਾਡੀ ਰਾਸ਼ੀ ਅਨੁਸਾਰ ਅੱਜ ਦਾ ਰਾਸ਼ੀਫਲ ਕੀ ਕਹਿੰਦਾ, ਲੱਕੀ ਕਲਰ ਕੀ ਹੈ, ਲੱਕੀ ਨੰਬਰ ਕਿਹੜਾ ਹੈ, ਸਾਵਧਾਨੀ ਕੀ ਵਰਤਣੀ ਹੈ ਅਤੇ ਸਮੱਸਿਆ ਦਾ ਸਮਾਧਾਨ ਕੀ ਹੈ, ਇਸ ਉੱਤੇ ਅਸੀਂ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ। ਅੱਗੇ ਤੁਹਾਡੇ ਪੁੱਛੇ ਗਏ ਸਵਾਲਾਂ ਦਾ ਅਸੀਂ ਜਵਾਬ ਦੇਵਾਂਗੇ। ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ। ਮੇਸ਼ ਰਾਸ਼ੀ 'ਤੇ ਜਦ ਤੱਕ ਅੱਜ ਵਿੱਤੀ ਮਾਮਲਿਆਂ ਨੂੰ ਸੁਲਝਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹਿਣਗੇ। ਤੁਸੀਂ ਵਪਾਰ ਵਿੱਚ ਅੱਜ ਪ੍ਰਦਰਸ਼ਨ ਚੰਗਾ ਕਰੋਗੇ ਅਤੇ ਤੁਸੀਂ ਆਪਣੇ ਖਰਚੇ ਨੂੰ ਵੀ ਅਨਾਲਿਸਿਸ ਕਰਕੇ ਆਮਦਨ ਦੇ ਹਿਸਾਬ ਨਾਲ ਬੈਲੈਂਸ ਕਰ ਪਾਓਗੇ। ਪਰਿਵਾਰ ਵਿੱਚ ਕੋਈ ਮੰਗਲ ਕਾਰਜ ਅੱਜ ਹੋ ਸਕਦਾ ਹੈ, ਜਿਸ ਕਾਰਨ ਮਾਹੌਲ ਬਹੁਤ ਖੁਸ਼ਨੁਮਾ ਬਣਿਆ ਰਹੇਗਾ। ਤੁਹਾਨੂੰ ਅੱਜ ਮਨ ਪਸੰਦ ਭੋਜਨ ਵੀ ਕਰਨ ਦਾ ਮੌਕਾ ਮਿਲੇਗਾ ਅਤੇ ਜੀਵਨ ਵਿੱਚ ਖੁਸ਼ ਅਤੇ ਨਿਰਾਸ਼ਾ ਤੋਂ ਦੂਰ ਰਹੋਗੇ। ਅੱਜ ਦਾ ਉਪਾਅ, ਕਿਸੇ ਸਕੂਲ ਵਿੱਚ ਕਿਤਾਬਾਂ ਦਾ ਦਾਨ ਦੇ ਦਿਓ। ਲੱਕੀ ਕਲਰ ਹੈ ਬਲੂ ਐਂਡ ਲੱਕੀ ਨੰਬਰ ਇਸ 3। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ, ਅੱਜ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਅਤੇ ਵਿਵਾਹਿਕ ਜੀਵਨ ਵਿੱਚ ਵੀ ਪ੍ਰੇਮ ਅਤੇ ਖੁਸ਼ੀ ਤੁਹਾਡੇ ਵਿੱਚ ਵਧੇਗੀ। ਤੁਹਾਨੂੰ ਆਪਣੇ ਕਾਰਜ ਸਥਾਨ 'ਤੇ ਆਪਣੀ ਕਾਰਜ ਕੁਸ਼ਲਤਾ ਦੇ ਚਲਦੇ ਮਾਨ ਸਨਮਾਨ ਦੀ ਪ੍ਰਾਪਤੀ ਹੋਏਗੀ। ਕੋਰਟ ਕਚਹਿਰੀ ਦਾ ਜੇਕਰ ਕੋਈ ਮਸਲਾ ਹੈ ਤਾਂ ਉਹ ਮਸਲਾ ਵੀ ਹੱਲ ਹੁੰਦਾ ਹੋਇਆ ਨਜ਼ਰ ਆ ਰਿਹਾ ਅਤੇ ਆਪਣੇ ਅਫਸਰ ਜਾਂ ਆਪਣੇ 'ਚੋਂ ਉੱਚ ਅਧਿਕਾਰੀਆਂ ਦੀ ਨਜ਼ਰਾਂ ਵਿੱਚ ਤੁਹਾਡਾ ਅਹੁਦਾ ਜਿਹੜਾ ਹੈ ਉਹ ਵਧੇਗਾ। ਅੱਜ ਉਪਾਅ ਕੀ ਕਰਨਾ ਹੈ ਕਿ ਧਾਰਮਿਕ ਸਥਾਨ 'ਤੇ ਇੱਤਰ ਦਾਨ ਕਰਨਾ ਹੈ। ਲੱਕੀ ਕਲਰ ਹੈ ਵਾਈਟ ਐਂਡ ਲੱਕੀ ਨੰਬਰ ਇਸ 6। ਜੈਮਨੀ ਯਾਨੀ ਮਿਥੁਨ ਰਾਸ਼ੀ, ਅੱਜ ਤੁਹਾਡੇ ਮਨ ਵਿੱਚ ਥੋੜ੍ਹੀ ਚੰਚਲਤਾ ਬਣੀ ਰਹੇਗੀ। ਵਿਧੀ ਸਥਿਤੀ ਨੂੰ ਲੈ ਕੇ ਵੀ ਥੋੜ੍ਹਾ ਜਿਹਾ ਜਿਹੜੀ ਅਨਸੰਤੁਸ਼ਟੀ ਚੱਲ ਰਹੀ ਸੀਗੀ ਉਹ ਕੋਈ ਨਵਾਂ ਰਸਤਾ ਤੁਹਾਡੇ ਲਈ ਖੋਲ੍ਹੇਗੀ ਅਤੇ ਤੁਸੀਂ ਅੱਜ ਸੰਤੁਸ਼ਟ ਮਹਿਸੂਸ ਕਰੋਗੇ। ਜੇਕਰ ਤੁਸੀਂ ਕਿਸੇ ਕੋਲੋਂ ਕੋਈ ਕਰਜ਼ਾ ਲਿੱਤਾ ਹੈ ਤਾਂ ਕਰਜ਼ੇ ਨੂੰ ਵਾਪਸ ਕਰਨ ਵਿੱਚ ਤੁਸੀਂ ਅੱਜ ਸਕਸੈਸਫੁਲ ਰਹੋਗੇ। ਪਰ ਧਿਆਨ ਰੱਖਣਾ ਹੈ ਕਿ ਸ਼ਬਦਾਂ ਦਾ ਚੁਣਾਵ ਜਦੋਂ ਵੀ ਕਿਸੇ ਨਾਲ ਗੱਲ ਕਰਨੀ ਹੈ ਇਹ ਚੁਣਾਵ ਬਹੁਤ ਸੋਚ ਸਮਝ ਕੇ ਕਰਨਾ ਹੈ ਅਤੇ ਕਿਸੇ ਨਾਲ ਵਾਦ ਵਿਵਾਦ ਝਗੜੇ ਵਿੱਚ ਅਸੀਂ ਨਹੀਂ ਪੈਣਾ। ਉਪਾਅ ਕੀ ਕਰਨਾ ਹੈ, ਸ਼ਾਮ ਨੂੰ ਘਰ ਵਿੱਚ ਘਿਓ ਦਾ ਦੀਪਕ ਜਗਾਉਣਾ ਹੈ। ਲੱਕੀ ਕਲਰ ਹੈ ਗ੍ਰੀਨ ਐਂਡ ਲੱਕੀ ਨੰਬਰ ਇਜ਼ 9। ਕੈਂਸਰ ਯਾਨੀ ਕਰਕ ਰਾਸ਼ੀ, ਸਿਹਤ ਦੇ ਨਜ਼ਰੀਏ ਤੋਂ ਅੱਜ ਦਾ ਦਿਨ ਥੋੜ੍ਹਾ ਜਿਹਾ ਅਸ਼ੁਭ ਹੈ। ਸਿਹਤ ਦਾ ਖਾਸ ਧਿਆਨ ਰੱਖਣਾ ਹੈ। ਜਿਹੜੇ ਲੋਕਾਂ ਨਾਲ ਥੋੜ੍ਹੀ ਗਲਤ ਫਹਿਮੀ ਜਾਂ ਮਨਮੁਟਾਵ ਚੱਲ ਰਿਹਾ ਹੈ ਅੱਜ ਬੈਠ ਕੇ ਵਿਚਾਰ ਕਰਕੇ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰੋ, ਮਸਲਾ ਜ਼ਰੂਰ ਹੱਲ ਹੋਏਗਾ। ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਭੋਜਨ ਦੀ ਸ਼ੁੱਧਤਾ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਪੇਟ ਨਾਲ ਜੁੜੀ ਕੋਈ ਨਾ ਕੋਈ ਸਮੱਸਿਆ ਤੁਹਾਨੂੰ ਹੋ ਸਕਦੀ ਹੈ। ਪ੍ਰੋਪਰਟੀ ਖਰੀਦਣ ਦਾ ਜੇਕਰ ਮਨ ਹੈ ਤਾਂ ਵਿਚਾਰ ਨੂੰ ਅੱਗੇ ਭੌਤਿਕ ਰੂਪ ਵਿੱਚ ਤੁਸੀਂ ਐਗਜੀਕਿਊਟ ਕਰੋ। ਪ੍ਰੋਪਰਟੀ ਲਈ ਦਿਨ ਸ਼ੁਭ ਹੈ। ਉਪਾਅ ਕੀ ਕਰਨਾ ਹੈ, ਧਾਰਮਿਕ ਸਥਾਨ 'ਤੇ ਲਾਲ ਫੁੱਲ ਅਰਪਿਤ ਕਰਨੇ ਨੇ। ਲੱਕੀ ਕਲਰ ਇਜ਼ ਰੈੱਡ, ਲੱਕੀ ਨੰਬਰ ਇਜ਼ 5। ਲੀਓ ਯਾਨੀ ਸਿੰਘ ਰਾਸ਼ੀ, ਵਪਾਰ ਵਿੱਚ ਨਵੀਂ ਯੋਜਨਾ ਅਤੇ ਨਵੇਂ ਐਕਸਪੈਰੀਮੈਂਟ ਨੂੰ ਤੁਸੀਂ ਅੱਜ ਐਗਜੀਕਿਊਟ ਕਰ ਸਕਦੇ ਹੋ। ਤੁਹਾਡੇ ਕੰਮ ਤੋਂ ਪ੍ਰਭਾਵਿਤ ਹੋ ਕੇ ਲੋਕ ਤੁਹਾਡੀ ਅੱਜ ਸਰਾਹਨਾ ਕਰਨਗੇ। ਤੁਹਾਡੇ ਨੌਕਰੀ 'ਚ ਵੀ ਤੁਹਾਡੀ ਤਰੱਕੀ ਦੇ ਨਵੇਂ ਰਾਹ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਨੇ।
ਅਤੇ ਪ੍ਰੇਮ ਸੰਬੰਧਾਂ ਨੂੰ ਸ਼ਾਦੀ ਵਿੱਚ ਤਬਦੀਲ ਕਰਨ ਲਈ ਮਨੋਕਾਮਨਾ ਜੋ ਤੁਹਾਡੀ ਹੈ ਉਹ ਪੂਰੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਉਪਾਅ ਕੀ ਕਰਨਾ ਹੈ, ਕਿਸੇ ਲੋੜਵੰਦ ਨੂੰ ਬਹਾਰ ਦਾ ਫਲ ਤੁਸੀਂ ਦੇਣਾ ਹੈ। ਲੱਕੀ ਕਲਰ ਹੈ ਔਰੇਂਜ ਐਂਡ ਲੱਕੀ ਨੰਬਰ ਇਸ 1। ਵਰਗੋ ਯਾਨੀ ਕੰਨਿਆ ਰਾਸ਼ੀ, ਅੱਜ ਮਹਿੰਗੀ ਵਸਤੂ ਜੇਕਰ ਕੋਈ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਇਹ ਖਰੀਦਦਾਰੀ ਤੋਂ ਤੁਸੀਂ ਬਚਣਾ ਹੈ, ਨਹੀਂ ਤਾਂ ਲੋੜ ਤੋਂ ਵੱਧ ਪੈਸੇ ਤੁਹਾਡੇ ਖਰਚ ਹੋ ਜਾਣਗੇ। ਕਾਰਜਸਥਾਨ ਵਿੱਚ ਅਫਸਰਾਂ ਦੀ ਮਨਮਾਨੀ ਦਾ ਤੁਹਾਨੂੰ ਥੋੜ੍ਹਾ ਜਿਹਾ ਸਾਹਮਣਾ ਕਰਨਾ ਪਏਗਾ, ਜਿਸ ਕਾਰਨ ਅੱਜ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਪ੍ਰੈਸ਼ਰ ਮਹਿਸੂਸ ਕਰੋਗੇ। ਸਰਕਾਰੀ ਕੰਮਾਂ ਵਿੱਚ ਵੀ ਰੁਕਾਵਟ ਆਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਉੱਚ ਅਫਸਰਾਂ ਨਾਲ ਬੇਲੋੜੇ ਦਬਾਅ ਨੂੰ ਝੇਲਣਾ ਪਏਗਾ। ਇਸ ਦਬਾਅ ਨੂੰ ਝੇਲਣ ਲਈ ਅੱਜ ਤਿਆਰ ਰਹੋ। ਅੱਜ ਦਾ ਉਪਾਅ ਵਿਸ਼ਨੂੰ ਸਹਿਸਰ ਨਾਮਾਂ ਦਾ ਜਪ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ। ਲੱਕੀ ਕਲਰ ਹੈ ਯੈਲੋ ਐਂਡ ਲੱਕੀ ਨੰਬਰ ਇਸ 2। ਪਿਆਰੇ ਦਰਸ਼ਕੋ, ਜੇਕਰ ਤੁਹਾਡੇ ਮਨ ਵਿੱਚ ਜੋਤਿਸ਼, ਵਾਸਤੂ ਜਾਂ ਅੰਕ ਸ਼ਾਸਤਰ ਨੂੰ ਲੈ ਕੇ ਕੋਈ ਜਿਗਿਆਸਾ ਹੈ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਆਪਣੇ ਕਰੀਅਰ ਨੂੰ ਲੈ ਕੇ ਚਿੰਤਿਤ ਹੋ, ਜਾਂ ਬਿਜ਼ਨਸ ਵਿੱਚ ਕੋਈ ਅੜਚਨ ਆ ਰਹੀ ਹੈ, ਜੀਵਨ ਵਿੱਚ ਗਰੋਥ ਨਹੀਂ ਹੋ ਰਹੀ, ਜਾਂ ਸ਼ਾਦੀ ਨੂੰ ਲੈ ਕੇ ਕੋਈ ਚਿੰਤਾ ਹੈ, ਬੱਚਿਆਂ ਨੂੰ ਲੈ ਕੇ ਕੋਈ ਚਿੰਤਾ ਹੈ, ਘਰ, ਦੁਕਾਨ, ਆਫਿਸ ਜਾਂ ਆਪਣੀ ਫੈਕਟਰੀ ਦਾ ਵਾਸਤੂ ਦਿਖਾਉਣਾ ਚਾਹੁੰਦੇ ਹੋ, ਜਾਂ ਜੋਤਿਸ਼, ਵਾਸਤੂ ਅਤੇ ਅੰਕ ਸ਼ਾਸਤਰ ਦੀ ਵਿੱਦਿਆ ਨੂੰ ਸਿੱਖ ਕੇ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਵ ਲਿਆਉਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣਾ ਨਾਮ, ਆਪਣੀ ਡੇਟ ਆਫ ਬਰਥ, ਟਾਈਮ ਅਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ 'ਤੇ ਭੇਜੋ। ਅਸੀਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਜ਼ਰੂਰ ਕਰਾਂਗੇ। ਅੱਜ ਦਾ ਸਵਾਲ ਜੋ ਹੈ ਉਹ ਸਾਬੀਆ ਅਰੋੜਾ ਜੀ ਨੇ ਚੰਡੀਗੜ੍ਹ ਤੋਂ ਪੁੱਛਿਆ ਹੈ ਕਿ ਉਹਨਾਂ ਦੀ ਕੁੰਡਲੀ ਵਿੱਚ ਵਿਦੇਸ਼ ਸੈਟਲਮੈਂਟ ਦੇ ਕੀ ਯੋਗ ਨੇ। ਸਾਬੀਆ ਜੀ, ਤੁਹਾਡੀ ਕੁੰਡਲੀ ਮੇਸ਼ ਲਗਨ ਦੀ ਕੁੰਡਲੀ ਹੈ ਅਤੇ ਮੀਨ ਤੁਹਾਡੀ ਰਾਸ਼ੀ ਹੈ, ਜਿਸ ਵਿੱਚ ਦਸ਼ਾ ਜਿਹੜੀ ਹੈ ਉਹ ਸ਼ੁੱਕਰ ਦੀ ਚੱਲ ਰਹੀ ਹੈ। ਚੌਥੇ ਭਾਵ ਦਾ ਸਵਾਮੀ ਤੁਹਾਡਾ ਚੰਦਰਮਾ 12ਵੇਂ ਭਾਵ ਵਿੱਚ ਬ੍ਰਹਿਸਪਤੀ ਅਤੇ ਸ਼ੁੱਕਰ ਨਾਲ ਵਿਰਾਜਮਾਨ ਹੈ, ਯਾਨੀ ਕਿ ਵਿਦੇਸ਼ ਹੀ ਤੁਹਾਡਾ ਅਸਲੀ ਘਰ ਹੈ, ਪਰ ਵਿਦੇਸ਼ ਜਾਣ ਲਈ ਤੁਹਾਨੂੰ ਵਿਆਹ ਕਰਵਾਉਣਾ ਪਏਗਾ। ਤੁਹਾਡਾ ਹਸਬੈਂਡ ਜੋ ਹੈ ਉਹ ਵਿਦੇਸ਼ ਦਾ ਹੋ ਸਕਦਾ ਹੈ, ਜਿਸ ਦੇ ਥਰੂ ਤੁਸੀਂ ਫੋਰਨ ਵਿੱਚ ਵਧੀਆ ਸੈਟਲ ਹੋ ਜਾਓਗੇ। ਉਪਾਅ ਕੀ ਕਰਨਾ ਹੈ, ਲਲਿਤਾ ਸਹਿਸਰ ਨਾਮਾਂ ਦਾ ਜਪ ਤੁਸੀਂ ਰੈਗੂਲਰਲੀ ਕਰਨਾ ਹੈ। ਸਾੜ ਸਤੀ ਦੇ ਉਪਾਏ ਲਈ ਕਾਲੇ ਮਾਂ ਸਾਬੁਤ, ਇੱਕ ਨਮਕ ਦਾ ਪੈਕੇਟ ਅਤੇ ਸਰੋਂ ਦਾ ਤੇਲ ਸ਼ਨੀਵਾਰ ਦੇ ਸ਼ਨੀਵਾਰ ਲੰਗਰ ਵਿੱਚ ਤੁਸੀਂ ਦਾਨ ਦੇਣਾ ਹੈ। ਇਹ ਦੋ ਉਪਾਏ ਕਰੋ, ਤੁਹਾਡੇ ਫੋਰਨ ਸੈਟਲਮੈਂਟ ਦੇ ਯੋਗ ਜਿਹੜੇ ਨੇ ਉਹ ਬਣਨੇ ਸ਼ੁਰੂ ਹੋ ਜਾਣਗੇ। ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਬਾਰੇ। ਤੁਸੀਂ ਅੱਜ ਉਤਸੁਕਤਾ ਨਾਲ ਭਰੇ ਰਹੋਗੇ ਅਤੇ ਦਿਲਚਸਪ ਵਿਸ਼ਿਆਂ ਵਿੱਚ ਤੁਹਾਡਾ ਰੁਝਾਨ, ਤੁਹਾਡੀ ਜਾਣਕਾਰੀ ਲੈਣ ਦਾ ਮਨ ਬਣੇਗਾ। ਕੰਮ ਵਿੱਚ ਚੱਲ ਰਹੀਆਂ ਤਬਦੀਲੀਆਂ ਨੂੰ ਤੁਸੀਂ ਰੋਕ ਨਹੀਂ ਸਕਦੇ, ਇਸ ਲਈ ਇਹਨਾਂ ਦੀ ਚਿੰਤਾ ਕਰਨਾ ਵਿਅਰਥ ਹੈ। ਇਹ ਤਬਦੀਲੀਆਂ ਉੱਤੇ ਧਿਆਨ ਰੱਖੋ ਅਤੇ ਤਬਦੀਲੀਆਂ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਕਿਸੇ ਵੀ ਤਰ੍ਹਾਂ ਦੇ ਕਰਜ਼ੇ ਦੀ ਅਦਾਇਗੀ ਲਈ ਦਿਨ ਚੰਗਾ ਹੈ। ਗੁਪਤ ਵਿਗਿਆਨ ਨਾਲ ਜੁੜੇ ਲੋਕਾਂ ਨੂੰ ਅੱਜ ਲਾਭ ਹੋ ਸਕਦਾ ਹੈ ਅਤੇ ਸੁਪਨਿਆਂ ਰਾਹੀਂ ਭਵਿੱਖ ਦਾ ਕੋਈ ਨਾ ਕੋਈ ਸੰਕੇਤ ਅੱਜ ਤੁਹਾਨੂੰ ਮਿਲ ਸਕਦਾ ਹੈ। ਅੱਜ ਦਾ ਉਪਾਅ, ਪਿੱਪਲ ਦੇ ਪੇੜ ਨੂੰ ਕੱਚੀ ਲੱਸੀ ਤੁਸੀਂ ਚੜ੍ਹਾਉਣੀ ਹੈ। ਲੱਕੀ ਕਲਰ ਹੈ ਮੈਰੂਨ ਐਂਡ ਲੱਕੀ ਨੰਬਰ ਇਸ 4। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ, ਜੀਵਨ ਸਾਥੀ ਤੋਂ ਅੱਜ ਭਰਪੂਰ ਸਾਥ ਤੁਹਾਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਪੁਰਾਣੀ ਕੀਤੀ ਮਿਹਨਤ ਦੇ ਸਾਰਥਕ ਨਤੀਜੇ, ਉਹਨਾਂ ਦੇ ਫਲ ਵੀ ਤੁਹਾਨੂੰ ਅੱਜ ਮਿਲਦੇ ਹੋਏ ਨਜ਼ਰ ਆ ਰਹੇ ਨੇ। ਵਪਾਰ ਵਿੱਚ ਲਾਭ ਦੇ ਸ਼ੁਭ ਯੋਗ ਨੇ ਅਤੇ ਮਾਨਸਿਕ ਅਸ਼ਾਂਤੀ ਦੇ ਚਲਦੇ
ਪੈਸੇ ਨਾਲ ਜੁੜੇ ਮਸਲਿਆਂ ਵਿੱਚ ਜੇਕਰ ਕੋਈ ਜ਼ਰੂਰੀ ਫੈਸਲਾ ਲੈਣਾ ਹੈ ਤਾਂ ਬਹੁਤ ਸਾਵਧਾਨੀ ਨਾਲ ਲੈਣਾ ਹੈ। ਉਪਾਅ ਕੀ ਕਰਨਾ ਹੈ, ਸੂਰਜ ਢਲਣ ਤੋਂ ਬਾਅਦ ਧਾਰਮਿਕ ਸਥਾਨ 'ਤੇ ਤਿਲ ਦੇ ਤੇਲ ਦਾ ਦੀਵਾ ਤੁਸੀਂ ਜਲਾਉਣਾ ਹੈ। ਲੱਕੀ ਕਲਰ ਇਸ ਪਰਪਲ ਐਂਡ ਲੱਕੀ ਨੰਬਰ ਇਸ 7। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ, ਆਪਣੇ ਆਲੇ ਦੁਆਲੇ ਦੇ ਲੋਕਾਂ 'ਤੇ ਤੁਹਾਡਾ ਵਰਚਸਵ ਜਿਹੜਾ ਹੈ ਉਹ ਬਣਿਆ ਰਹੇਗਾ, ਦਬਦਬਾ ਤੁਹਾਡਾ ਬਣਿਆ ਰਹੇਗਾ। ਨੌਕਰੀ ਵਿੱਚ ਵੀ ਚੰਗੇ ਪ੍ਰਦਰਸ਼ਨ ਦੇ ਚਲਦੇ ਲੋਕਾਂ ਵਿੱਚ ਤੁਹਾਡਾ ਨਾਮ ਸਤਿਕਾਰ ਵਧੇਗਾ। ਬਹੁਤ ਦੇਰ ਤੋਂ ਜਿਹੜੇ ਕੰਮ ਤੁਹਾਡੇ ਰੁਕੇ ਹੋਏ ਨੇ ਉਹ ਪੂਰੇ ਹੁੰਦੇ ਹੋਏ ਨਜ਼ਰ ਆ ਰਹੇ ਨੇ, ਪਰ ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪ੍ਰਤੀਯੋਗਿਤਾ ਪ੍ਰੀਖਿਆਵਾਂ ਦੀ ਵੀ ਤਿਆਰੀ ਕਰ ਰਹੇ ਲੋਕਾਂ ਲਈ ਅੱਜ ਦਿਨ ਸ਼ੁਭ ਹੈ, ਰਿਜ਼ਲਟ ਤੁਹਾਡਾ ਵਧੀਆ ਰਹੇਗਾ। ਉਪਾਅ ਕੀ ਕਰਨਾ ਹੈ, ਲੋੜਵੰਦ ਕਿਸੇ ਇਨਸਾਨ ਨੂੰ ਪੀਲੇ ਮਿੱਠੇ ਚਾਵਲ ਦਾ ਭੋਜਨ ਤੁਸੀਂ ਕਰਾਉਣਾ ਹੈ। ਲੱਕੀ ਕਲਰ ਤੁਹਾਡੇ ਲਈ ਹੈ ਪਿੰਕ ਐਂਡ ਲੱਕੀ ਨੰਬਰ ਇਸ 8। ਕੈਪਰੀਕੋਨ ਯਾਨੀ ਮਕਰ ਰਾਸ਼ੀ, ਬੱਚਿਆਂ ਦੇ ਆਉਣ ਵਾਲੇ ਸਮੇਂ ਨੂੰ ਲੈ ਕੇ ਥੋੜ੍ਹਾ ਅੱਜ ਤੁਸੀਂ ਚਿੰਤਿਤ ਰਹਿ ਸਕਦੇ ਹੋ, ਪਰ ਇਹ ਚਿੰਤਾ ਹੱਲ ਜ਼ਰੂਰ ਹੋ ਜਾਏਗੀ। ਕੋਈ ਨਾ ਕੋਈ ਸੂਝਵਾਨ ਇਨਸਾਨ ਆ ਕੇ ਤੁਹਾਨੂੰ ਅੱਜ ਗਾਈਡ ਜ਼ਰੂਰ ਕਰ ਸਕਦਾ ਹੈ। ਜੇਕਰ ਘਰ ਬਦਲਣ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਜ਼ਰੂਰ ਬਦਲ ਸਕਦੇ ਹੋ, ਦਿਨ ਤੁਹਾਡੇ ਲਈ ਵਧੀਆ ਹੈ। ਆਮਦਨ ਵਧਾਉਣ ਦੇ ਨਵੇਂ ਵਿਕਲਪ ਜੇਕਰ ਤੁਸੀਂ ਤਲਾਸ਼ ਰਹੇ ਹੋ ਤਾਂ ਅੱਜ ਤੁਹਾਨੂੰ ਵਿਕਲਪਾਂ ਉੱਤੇ ਮੰਥਨ ਕਰਨ ਦਾ ਦਿਨ ਹੈ। ਦਾਰਸ਼ਨਿਕ ਵਿਸ਼ਿਆਂ ਵੱਲ ਵੀ ਤੁਹਾਡਾ ਝੁਕਾਅ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਅੱਜ ਉਪਾਅ ਕੀ ਕਰਨਾ ਹੈ, ਕਿਸੇ ਲੋੜਵੰਦ ਇਨਸਾਨ ਨੂੰ ਹਰੀ ਸਬਜ਼ੀਆਂ ਦਾ ਦਾਨ ਸ਼ੁਭ ਰਹੇਗਾ। ਲੱਕੀ ਕਲਰ ਇਜ਼ ਗ੍ਰੀਨ ਐਂਡ ਲੱਕੀ ਨੰਬਰ ਇਜ਼ 11। ਐਕੁਏਰੀਅਸ ਯਾਨੀ ਕੁੰਭ ਰਾਸ਼ੀ, ਮਨ ਅੱਜ ਤੁਹਾਡਾ ਪ੍ਰਫੁੱਲਿਤ ਰਹੇਗਾ। ਘਰ ਲਈ ਕੋਈ ਮਹਿੰਗੀ ਵਸਤੂ ਜਾਂ ਜੀਵਨ ਸਾਥੀ ਲਈ ਕੋਈ ਮਹਿੰਗਾ ਉਪਹਾਰ ਅੱਜ ਤੁਸੀਂ ਖਰੀਦ ਸਕਦੇ ਹੋ। ਪੁਰਾਣੇ ਕੀਤੇ ਨਿਵੇਸ਼ ਤੋਂ ਤੁਹਾਨੂੰ ਚੰਗਾ ਪ੍ਰੋਫਿਟ ਸਿੱਧ ਹੋਏਗਾ। ਸਮਾਜ ਵਿੱਚ ਮਾਨ ਸਨਮਾਨ ਵੀ ਤੁਹਾਡਾ ਵਧੇਗਾ ਅਤੇ ਦੋਸਤਾਂ ਤੋਂ ਭਰਪੂਰ ਸਾਥ ਅੱਜ ਤੁਹਾਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਲੋਕ ਤੁਹਾਡੇ ਕੋਲ ਸਲਾਹ ਮੰਗਣ ਵੀ ਆਉਣਗੇ, ਤੁਹਾਡੀ ਦਿੱਤੀ ਸਲਾਹ ਲਾਭਕਾਰੀ ਸਿੱਧ ਹੋਏਗੀ। ਅੱਜ ਦਾ ਉਪਾਅ ਹਨੂੰਮਾਨ ਚਾਲੀਸਾ ਦਾ ਜਪ ਤੁਹਾਡੇ ਲਈ ਸ਼ੁਭ ਰਹੇਗਾ। ਲੱਕੀ ਕਲਰ ਹੈ ਰੈੱਡ ਐਂਡ ਲੱਕੀ ਨੰਬਰ ਇਸ 10। ਪਾਈਸਿਸ ਯਾਨੀ ਮੀਨ ਰਾਸ਼ੀ, ਬੇਲੋੜੀ ਯਾਤਰਾ ਤੋਂ ਤੁਹਾਨੂੰ ਅੱਜ ਜਾਣਾ ਪੈ ਸਕਦਾ ਹੈ। ਕੋਸ਼ਿਸ਼ ਕਰੋ ਕਿ ਇਹ ਯਾਤਰਾ ਜੇ ਟਲ ਸਕਦੀ ਹੈ ਤਾਂ ਇਹ ਯਾਤਰਾ ਨੂੰ ਟਾਲ ਦਿਓ। ਮੌਸਮੀ ਬਿਮਾਰੀ ਤੋਂ ਅੱਜ ਤੁਸੀਂ ਤੰਗ ਰਹਿ ਸਕਦੇ ਹੋ ਅਤੇ ਅਧਿਆਤਮ ਵਿੱਚ ਤੁਹਾਡੀ ਰੁਚੀ ਜਿਹੜੀ ਹੈ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ। ਅਧਿਆਤਮਿਕ ਚਰਚਾਵਾਂ 'ਚ ਅੱਜ ਤੁਸੀਂ ਆਨੰਦ ਲਵੋਗੇ। ਵਪਾਰੀਆਂ ਨੂੰ ਆਪਣੀ ਦੁਕਾਨ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਅੱਜ ਦਾ ਉਪਾਅ ਲੋੜਵੰਦ ਨੂੰ ਕੱਪੜਿਆਂ ਦਾ ਦਾਨ ਤੁਹਾਡੇ ਲਈ ਸ਼ੁਭ ਰਹੇਗਾ। ਲੱਕੀ ਕਲਰ ਹੈ ਬਲੂ ਐਂਡ ਲੱਕੀ ਨੰਬਰ ਇਸ 21। ਪਿਆਰੇ ਦਰਸ਼ਕੋਂ, ਇਹ ਸੀ ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ। ਮੈਂ ਐਸਟ੍ਰੋਲੋਜਰ ਅਤੇ ਵਾਸਤੂ ਐਕਸਪਰਟ ਜਸ਼ਨੋ ਗੁਪਤਾ ਕੱਲ੍ਹ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗਾ ਇਸੇ ਸਮੇਂ ਇਸੇ ਚੈਨਲ ਉੱਤੇ ਨਵੇਂ ਰਾਸ਼ੀਫਲ, ਨਵੇਂ ਉਪਾਅ, ਲੱਕੀ ਕਲਰ ਅਤੇ ਲੱਕੀ ਨੰਬਰ ਲੈ ਕੇ। ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ। ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲੱਕੀ ਰਹੇ, ਸ਼ੁਭ ਰਹੇ, ਮੰਗਲਕਾਰੀ ਰਹੇ। ਨਮਸਕਾਰ, ਸਤਿ ਸ਼੍ਰੀ ਅਕਾਲ।